cool, these brothers my guys. Know that we fly, know that they ride or die. Why they wanna move like that? Where you want going? हां जी किसान वीरो, अज दी वीडियो च आपां गल करांगे झोने दी फसल नूं किहड़े तत् ने जिहड़े देने लाजमी आ। उस तों पहलां आपां जाण लैने आ कोई भी प्लांट आ, बनस्पति आ, कोई भी फसल आ, उहनूं टोटल किन्ने तत्तां दी लोड़ हुंदी आ। सब तों पहलां आउंदा जी कार्बन, हाइड्रोजन ते आक्सीजन। कोई भी फसल आ सब तों ज़्यादा वड्डी मात्रा दे विच, जाणी कि कुल खुराक दा 95% हिस्सा इन्हां नूं ही लैंदी आ। चंगी गल इह आ कि कार्बन, हाइड्रोजन, आक्सीजन आपां नूं कितों लै के पाउण दी लोड़ नहीं पैंदी। ਇਹ ਫਸਲ ਨੂੰ ਹਵਾ ਅਤੇ ਪਾਣੀ ਵਿੱਚੋਂ ਹੀ ਮਿਲ ਜਾਂਦੇ ਨੇ। ਜਿਹੜੇ ਬਾਕੀ ਦੇ 17 ਤੱਤ ਆ ਇਹ ਫਸਲ ਮਿੱਟੀ 'ਚੋਂ ਲੈਂਦੀ ਆ। ਜਿਹੜੇ ਤੱਤ ਦੀ ਮਿੱਟੀ ਵਿੱਚ ਕਮੀ ਹੁੰਦੀ ਆ, ਘਾਟ ਆ, ਉਹ ਆਪਾਂ ਨੂੰ ਅਲੱਗ ਤੋਂ ਦੇਣਾ ਪੈਂਦਾ। ਇਹਨਾਂ 17 ਤੱਤਾਂ ਨੂੰ ਤਿੰਨਾਂ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਵਾ। ਪਹਿਲੀ ਸ਼੍ਰੇਣੀ 'ਚ ਆਉਂਦੇ ਆ ਜੀ ਤਿੰਨ ਤੱਤ, ਐੱਨ ਪੀ ਕੇ, ਨਾਈਟ੍ਰੋਜਨ, ਫਾਸਫੋਰਸ, ਪੋਟਾਸ, ਯੂਰੀਆ, ਡੀ ਏ ਪੀ ਅਤੇ ਪੋਟਾਸ। ਇਹ ਫਸਲ ਨੂੰ ਸਭ ਤੋਂ ਵੱਧ ਮਾਤਰਾ ਦੇ ਵਿੱਚ ਚਾਹੀਦੇ ਨੇ। ਦੋ ਨੰਬਰ 'ਤੇ ਆਉਂਦੇ ਆ ਜੀ ਜਿਹੜੇ ਸੈਕੰਡਰੀ ਤੱਤ ਆ, ਕੈਲਸ਼ੀਅਮ, ਮੈਗਨੈਸ਼ੀਅਮ, ਸਲਫਰ। ਇਹ ਦੋ ਨੰਬਰ 'ਤੇ ਫਸਲ ਨੂੰ ਸਭ ਤੋਂ ਵੱਧ ਮਾਤਰਾ ਦੇ ਵਿੱਚ ਚਾਹੀਦੇ ਨੇ। ਇਸ ਤੋਂ ਤੀਜੀ ਸ਼੍ਰੇਣੀ 'ਚ ਆਉਂਦੇ ਆ ਜੀ ਸੂਖਮ ਤੱਤ, ਬਹੁਤ ਛੋਟੇ ਤੱਤ, ਜਿਨ੍ਹਾਂ ਦੀ ਮਾਤਰਾ ਬਹੁਤ ਥੋੜ੍ਹੀ ਮਾਤਰਾ ਵਿੱਚ ਫਸਲ ਨੂੰ ਲੋੜ ਹੁੰਦੀ ਆ, ਪਰ ਜ਼ਿਆਦਾਤਰ ਇਹ ਮਿੱਟੀ ਦੇ ਵਿੱਚੋਂ ਮਿਲ ਹੀ ਜਾਂਦੇ ਨੇ। ਅਗਰ ਕਿਸੇ ਤੱਤ ਦੀ ਮਿੱਟੀ 'ਚ ਕਮੀ ਆ, ਜਾਂ ਮਿੱਟੀ ਪਰਖ ਆਧਾਰ 'ਤੇ, ਜਾਂ ਫਸਲ ਦੇ ਲੱਛਣ ਦੇਖ ਕੇ, ਜਾਂ ਫਸਲ ਦੇ ਹਿਸਾਬ ਨਾਲ ਕਿਸੇ ਫਸਲ ਨੂੰ ਕਿਹੜੇ ਤੱਤ ਦੀ ਜ਼ਿਆਦਾ ਲੋੜ ਹੁੰਦੀ ਆ, ਤਾਂ ਉਹ ਆਪਾਂ ਨੂੰ ਅਲੱਗ ਤੋਂ ਦੇਣੇ ਵੀ ਲਾਜ਼ਮੀ ਨੇ। ਆਓ ਜਾਣ ਲੈਂਦੇ ਹਾਂ ਝੋਨੇ 'ਚ ਕਿਹੜੇ ਤੱਤਾਂ ਦੀ ਜ਼ਿਆਦਾ ਲੋੜ ਆ ਅਤੇ ਕਿਹੜੇ ਤੱਤ ਕਿਹੜੀ ਖਾਦ ਪਾਉਣ ਨਾਲ ਪੂਰੇ ਹੋ ਜਾਂਦੇ ਨੇ। ਨੰਬਰ 1 'ਤੇ ਆਉਂਦਾ ਨਾਈਟ੍ਰੋਜਨ, ਯੂਰੀਆ, ਚਲੋ ਉਹ ਤਾਂ ਆਪਾਂ ਪਾਉਣਾ ਹੀ ਪਾਉਣਾ ਅਤੇ ਆਪਾਂ ਪਾਉਂਦੇ ਵੀ ਹਾਂ। ਦੋ ਨੰਬਰ 'ਤੇ ਫਾਸਫੋਰਸ ਆ ਜਿਹੜਾ, ਡੀ ਏ ਪੀ। ਇਹ ਜ਼ਿਆਦਾਤਰ ਆਪਾਂ ਜੋ ਹੜੀ ਦੀਆਂ ਫਸਲਾਂ ਸਰਦੀਆਂ ਦੇ ਵਿੱਚ ਲਾ ਚੁੱਕੇ ਹਾਂ ਉਹਨੂੰ ਆਪਾਂ ਪਾਇਆ ਹੀ ਹੁੰਦਾ। ਜ਼ਿਆਦਾਤਰ ਏਰੀਏ ਵਿੱਚ ਕਣਕ ਹੀ ਲੱਗਦੀ ਆ, ਜਿਹੜਾ ਕਣਕ 'ਤੇ ਡੀ ਏ ਪੀ ਦੀ ਸਹੀ ਡੋਜ਼, ਸਹੀ ਮਾਤਰਾ ਪਾਈ ਆ, ਤਾਂ ਝੋਨੇ 'ਤੇ ਆਪਾਂ ਨੂੰ ਪਾਉਣ ਦੀ ਲੋੜ ਨਹੀਂ ਹੈਗੀ। ਕਿਉਂਕਿ ਜਿਹੜਾ ਕਣਕ ਵਾਲਾ ਡੀ ਏ ਪੀ ਆ ਉਹ ਕਣਕ ਨੇ ਪੂਰਾ ਨਹੀਂ ਲਿਆ, ਉਹ ਹਲੇ ਤੱਕ ਵਾਹਣ 'ਚ ਮੌਜੂਦ ਆ, ਜੋ ਕਿ ਝੋਨਾ ਅੱਗੇ ਵਰਤੇਗਾ। ਅੱਗੇ ਆਉਂਦਾ ਜੀ ਪੋਟਾਸ। ਪੋਟਾਸ ਤੱਤ ਆ ਜਿਹੜਾ, ਇਹ ਯੂਰੀਆ ਅਤੇ ਡੀ ਏ ਪੀ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਆ, ਪਰ ਅਸੀਂ ਲੰਮੇ ਸਮੇਂ ਤੋਂ ਜਾਂ ਬਹੁਤ ਕਿਸਾਨਾਂ ਨਹੀਂ ਪਾ ਰਹੇ, ਕਿਉਂਕਿ ਸਾਡੇ ਭਾਰਤ ਜਾਂ ਸਾਡੇ ਪੰਜਾਬ ਦੀਆਂ ਮਿੱਟੀਆਂ 'ਚ ਇਹਦੀ ਮਾਤਰਾ ਬਹੁਤ ਆ, ਇਹ ਬਹੁਤਾਤ ਦੇ ਵਿੱਚ ਆ। ਹੁਣ ਜਿਵੇਂ ਲਗਾਤਾਰ ਆਪਾਂ ਫਸਲਾਂ ਲੈ ਰਹੇ ਹਾਂ ਜਾਂ ਇੱਕ ਹੀ ਫਸਲੀ ਚੱਕਰ ਆ, ਤਾਂ ਉਹਦੇ ਨਾਲ ਇਹ ਤੱਤ ਦੀ ਵੀ ਕਮੀ ਆ ਰਹੀ ਆ, ਇਸ ਲਈ ਜਿਹੜਾ ਪੋਟਾਸ ਤੱਤ ਆ ਇਹ ਪਾਉਣਾ ਵੀ ਲਾਜ਼ਮੀ ਆ। ਅੱਗੇ ਆ ਜਾਂਦੇ ਜੀ ਸੈਕੰਡਰੀ ਤੱਤ, ਕੈਲਸ਼ੀਅਮ, ਮੈਗਨੈਸ਼ੀਅਮ ਅਤੇ ਸਲਫਰ, ਇਹ ਪਾਉਣੇ ਵੀ ਲਾਜ਼ਮੀ ਹੋ ਜਾਂਦੇ ਆ। ਆਪਾਂ ਇੱਕ ਖਾਦ ਦੀ ਗੱਲ ਕਰਾਂਗੇ ਜਿਹਦੇ 'ਚ ਇਹ ਸਾਰੇ ਦੇ ਸਾਰੇ ਤੱਤ ਹੀ ਮੌਜੂਦ ਹੋਣਗੇ, ਜਾਣੀ ਕਿ ਪੋਟਾਸ ਤੋਂ ਲੈ ਕੇ ਸਲਫਰ ਤੱਕ, ਪੋਟਾਸ, ਕੈਲਸ਼ੀਅਮ, ਮੈਗਨੈਸ਼ੀਅਮ, ਸਲਫਰ। ਜਾਣੀ ਕਿ ਪਹਿਲਾਂ ਨਾਈਟ੍ਰੋਜਨ ਯੂਰੀਆ ਦੇ ਰੂਪ 'ਚ ਆਪਾਂ ਪਾ ਲਿਆ, ਡੀ ਏ ਪੀ ਦੇ ਪਾਉਣ ਦੀ ਲੋੜ ਨਹੀਂ ਹੈਗੀ, ਅਤੇ ਬਾਕੀ ਜਿਹੜੇ ਚਾਰ ਤੱਤ ਬਚੇ ਆ ਉਹ ਇੱਕੋ ਖਾਦ ਨਾਲ ਪੂਰੇ ਹੋ ਜਾਣਗੇ, ਜਿਹਦਾ ਨਾਮ ਹੈਗਾ ਜੀ ਪੋਲੀਸਲਫੇਟ, ਜਿਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਅੱਗੇ ਤੀਜੀ ਸ਼੍ਰੇਣੀ 'ਚ ਆ ਗਏ ਜੀ ਸੂਖਮ ਪੋਸ਼ਕ ਤੱਤ, ਇਹਨਾਂ ਦੇ ਨਾਮ ਤੁਸੀਂ ਸਕਰੀਨ ਦੇ ਉੱਪਰ ਪੜ੍ਹ ਹੀ ਸਕਦੇ ਹਾਂ। ਇਹ ਸਾਰੇ ਦੇ ਸਾਰੇ ਪਾਉਣ ਦੀ ਲੋੜ ਨਹੀਂ ਪੈਂਦੀ, ਇਹ ਬਹੁਤ ਘੱਟ ਮਾਤਰਾ 'ਚ ਚਾਹੀਦੇ ਨੇ, ਜਿੰਨੇ ਕਿ ਮਿੱਟੀ ਵਿੱਚ ਮੌਜੂਦ ਹੁੰਦੇ ਨੇ ਫਸਲ ਲੈ ਲੈਂਦੀ ਆ। ਜੇ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਝੋਨੇ 'ਚ ਇੱਕੋ ਇੱਕ ਸੂਖਮ ਪੋਸ਼ਕ ਤੱਤ ਦੀ ਘਾਟ ਆਉਂਦੀ ਆ, ਉਹ ਹੈਗਾ ਜੀ ਜਿੰਕ। ਝੋਨੇ ਦੀ ਫਸਲ 'ਚ ਜਿੰਕ ਪਾਉਣਾ ਲਾਜ਼ਮੀ ਆ, ਇਹ ਆਪਾਂ ਜਿੰਕ 33% ਜਾਂ ਜਿੰਕ 21% ਦੋਨਾਂ ਵਿੱਚੋਂ ਕੋਈ ਵੀ ਲੈ ਕੇ ਪਾ ਸਕਦੇ ਹਾਂ, ਜਾਂ ਜਿੱਥੇ ਰਤੀਲੇ ਵਾਹਣ ਆ ਅਤੇ ਜਾਂ ਜਿੱਥੇ ਸਿੱਧੀ ਬਿਜਾਈ ਹੋਈ ਆ, ਪਾਣੀ ਦੀ ਘਾਟ ਆ, ਉੱਥੇ ਆਇਰਨ, ਲੋਹੇ ਦੀ ਘਾਟ ਆ ਸਕਦੀ ਆ। ਜਿੱਥੇ ਲੋਹੇ ਦੀ ਘਾਟ ਆਉਂਦੀ ਹੈ ਤਾਂ ਫਿਰ ਆਇਰਨ ਸਲਫੇਟ ਦੇ ਜਾਂ ਜੋ ਚਲੈਟਡ 12% ਵਾਲਾ ਮਤਲਬ ਲੋਹਾ ਆਉਂਦਾ ਮਾਰਕੀਟ ਦੇ ਵਿੱਚ, ਤਾਂ ਉਹਦਾ ਆਪਾਂ ਸਪਰੇਅ ਕਰ ਸਕਦੇ ਹਾਂ। ਲੋਹੇ ਦੀ ਘਾਟ ਲਈ ਲੋਹੇ ਨੂੰ ਆਪਾਂ ਸਿੱਧਾ ਜ਼ਮੀਨ ਦੇ ਵਿੱਚ ਨਹੀਂ ਪਾ ਸਕਦੇ। ਪੋਲੀਸਲਫੇਟ ICL ਇਜ਼ਰਾਈਲ ਕੰਪਨੀ ਦਾ ਵਾ, ਇਹਨੂੰ ਇੰਗਲੈਂਡ ਦੀਆਂ 1200 ਮੀਟਰ ਡੂੰਘੀ ਖਦਾਨ ਦੇ ਵਿੱਚੋਂ ਕੱਢਿਆ ਜਾਂਦਾ। ਇਹ ਪੂਰੀ ਤਰ੍ਹਾਂ ਕੁਦਰਤੀ ਰੂਪ 'ਚ ਹੁੰਦਾ, ਇਹਦੇ ਨਾਲ ਕੋਈ ਵੀ ਰਸਾਇਣਕ ਕਿਰਿਆ ਨਹੀਂ ਕਰਵਾਈ ਜਾਂਦੀ। ਇਸ ਦੀ ਆਪਾਂ ਡੋਜ ਅਤੇ ਪ੍ਰਾਈਸ ਵੀ ਜਾਣਾਂਗੇ, ਵਰਤਣ ਦਾ ਤਰੀਕਾ ਵੀ ਜਾਣਾਂਗੇ। ਉਸ ਤੋਂ ਪਹਿਲਾਂ ਜਾਣ ਲੈਂਦੇ ਹਾਂ ਇਹਦੇ ਵਿੱਚ ਜਿਹੜੇ ਚਾਰ ਤੱਤ ਮਿਲ ਰਹੇ ਆ ਇਹ ਕਿੰਨੀ ਕਿੰਨੀ ਕੁਆਂਟਿਟੀ ਦੇ ਵਿੱਚ ਆ, ਤੁਸੀਂ ਸਕਰੀਨ ਦੇ ਉੱਪਰ ਵੀ ਪੜ੍ਹ ਸਕਦੇ ਹਾਂ। ਪੋਟਾਸ ਹੈਗਾ ਜੀ 13.65%, ਕੈਲਸ਼ੀਅਮ ਹੈਗਾ 16.65%, ਮੈਗਨੈਸ਼ੀਅਮ ਹੈਗਾ 5.5%, ਅਤੇ ਸਲਫਰ ਹੈਗਾ 18.5%। ਜਿਵੇਂ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ ਕਿ ਪੋਲੀਸਫੇਟ ਪਾਉਣ ਦੇ ਨਾਲ ਪਹਿਲੇ ਵਿੱਚੋਂ ਇੱਕ ਤੱਤ ਪੋਟਾਸ ਅਤੇ ਸੈਕੰਡਰੀ ਤਿੰਨ ਦੇ ਤਿੰਨ ਤੱਤ ਪੂਰੇ ਹੋ ਜਾਂਦੇ ਨੇ।
ਯੂਰੀਆ ਆਪਾਂ ਪਾਉਣਾ ਹੀ ਪਾਉਣਾ ਵਾ, ਡੀ ਏ ਪੀ ਆਪਾਂ ਨੂੰ ਲੋੜ ਨਹੀਂ, ਉਹ ਪਿਛਲੀ ਫਸਲ ਵਾਲਾ ਆਪਣੀ ਵਾਹਣ 'ਚ ਪਿਆ ਹੋਇਆ ਵਾ, ਅਤੇ ਬਾਕੀ ਰਹਿ ਗਿਆ ਛੋਟੇ ਤੱਤਾਂ ਵਿੱਚੋਂ ਜੈਂਕ, ਅਤੇ ਉਹ ਵੀ ਆਪਾਂ ਪਾਉਣਾ ਵਾ। ਇਹ ਤਰ੍ਹਾਂ ਨਾਲ ਪੂਰਾ ਕੰਪਲੀਟ ਜਿੰਨੇ ਵੀ ਤੱਤ ਆਪਣੀ ਫਸਲ ਨੂੰ, ਝੋਨੇ ਦੀ ਫਸਲ ਨੂੰ ਲੋੜੀਦੇ ਆ, ਉਹ ਆਪਣੇ ਪੂਰੇ ਹੋ ਜਾਣਗੇ। ਇਹਦੀ ਮਾਤਰਾ ਹੈਗੀ ਆ ਜੀ ਇੱਕ ਬੈਗ 50 ਕਿਲੋ ਪ੍ਰਤੀ ਏਕੜ। ਜਿਹੜਾ ਪਾਉਣ ਦਾ ਸਮਾਂ ਵਾ, ਇਹ ਝੋਨਾ ਲਵਾਈ ਤੋਂ ਆਪਾਂ 10 ਦਿਨ ਦੇ ਅੰਦਰ, ਹਫ਼ਤੇ ਤੋਂ ਲੈ ਕੇ 10 ਦਿਨ ਦੇ ਅੰਦਰ ਕਦੋਂ ਵੀ ਪਾ ਸਕਦੇ ਹਾਂ। ਇਹਦੀ ਕੀਮਤ ਹੈਗੀ ਆ ਜੀ 50 ਕਿਲੋ ਬੈਗ ਦੀ। ਹੁਣ ਦੀ ਆਪਾਂ ਗੱਲ ਕਰੀਏ, ਜਦੋਂ ਵੀਡੀਓ ਮੈਂ ਲੋਡ ਕਰ ਰਿਹਾ ਵਾਂ, ਲਗਭਗ 1600 ਤੋਂ ਲੈ ਕੇ 1700 ਰੁਪਈਆ। Know that we fly, know that they ride or die. Why they wanna move like that?